ਦੇਖੋ ਹਾਂਜੀ, ਕਤਰਾਈ ਪਈ ਹੁੰਦੀ, ਟਾਈਮ ਹੋ ਗਿਆ 11:30 ਦਾ ਅਤੇ ਵਾਹਵਾ ਤਾਕ ਜਿਹੜਾ ਕਤਰਾਈ ਪਈ ਹੁੰਦੀ। ਅੱਛਾ ਜੀ, ਟਾਈਮ ਹੋ ਗਿਆ 4 ਦਾ ਅਤੇ ਹੁਣ ਘਰ ਦੀ ਤਿਆਰੀ ਹੋ ਗਈ। ਮੌਸਮ ਅੱਜ ਜਿਹੜਾ ਨਾ ਬਹੁਤ ਹੀ ਵਧੀਆ ਬਣੇ ਆ, ਧੁੱਪ ਅੱਜ ਇੰਨੀ ਕੋਈ ਚੜ੍ਹੀ ਹੈ ਵੀ, ਹੁਣ ਵੀ ਸੂਰਜ ਜਿਹੜਾ ਨਾ ਅੰਨਾ ਜਿਹਾ ਨਜ਼ਰ ਪਿਆ ਆਉਂਦਾ ਅਤੇ ਮਾਲ ਹੁਣ ਛੱਪੜੇ 'ਚ ਬੈਠੇ ਆ। ਸ਼ਾ ਸ਼ਾ, ਅੱਜ ਦਾਦਾ ਪੁੱਤਰੇ ਦੀ ਵਾਰੀ ਆਈ ਏ। ਦਾਦਾ ਪੁੱਤਰ ਅੱਜ ਮੱਝਾਂ ਚੁਗਾਉਂਦੇ ਪਏ ਨੇ, ਉਹ ਕਣਕ ਵੀ ਨੇੜੇ ਲੱਗੀ ਕੋਣੀ, ਕੁੱਤਰ ਸੜੀ ਏ, ਹੁਣ ਕੇ ਰਹਿ ਗਈ ਉੱਧਰ ਲੈਂਦੇ ਕੋਣੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ, ਅੱਲਾਹ ਦਾ ਸ਼ੁਕਰ ਹੈ ਮੈਂ ਵੀ ਠੀਕ ਠਾਕ ਹਾਂ। ਅੱਲਾਹ ਦਾ ਨਾਮ ਲੈ ਕੇ ਅੱਜ ਦੀ ਵੀਡੀਓ ਕਰਨੀ ਸ਼ੁਰੂ। ਅੱਛਾ ਜੀ, ਦਿਨ ਨੇ ਅੱਜ ਫਰਾਈਡੇ 26 ਅਪ੍ਰੈਲ 2024 ਅਤੇ ਟਾਈਮ ਹੋ ਗਿਆ 11:30 ਦਾ ਅਤੇ ਮਸ਼ੀਨ ਜਿਹੜਾ ਨਾ ਇਹ ਚੱਲਦੀ ਪਈ ਅਤੇ ਦੂਸਰਾ ਜਿਹੜਾ ਉਹ ਬਹੁਤ ਜ਼ਿਆਦਾ ਰਾਤੀ ਜਿਹੜਾ ਨਾ ਕੁਤਰਨ ਹੋਇਆ, ਅੱਗੇ ਤੁਹਾਨੂੰ ਦੱਸਿਆ ਵੀਡੀਓ, ਉਹ ਇੱਕ ਵੱਡੀ ਧੜ ਪਈ ਅਤੇ ਇੱਧਰ ਵੀ ਜਿਹੜਾ ਨੇ ਛੋਟੀਆਂ ਛੋਟੀਆਂ ਧੜਾਂ ਪਈਆਂ ਅਤੇ ਹੋਰ ਵਡਾਈ ਵਾਲੀ ਕਣਕਾਂ ਵਿੱਚ ਰਹਿੰਦੀਆਂ ਨੇ ਸ਼ੁਰੂ ਨੇ, ਇੱਥੇ ਵੀ ਵੱਢਦੇ ਪਏ ਨੇ ਟਰੈਕਟਰ ਨਾਲ ਅਤੇ ਪਿੱਛੋਂ ਜਿਹੜਾ 70 ਰੁਪਇਆ ਪੈਂਦਾ ਅਤੇ ਮੌਸਮ ਵੀ ਜਿਹੜਾ ਥੋੜ੍ਹਾ ਖਰਾਬ ਪਿਆਉਂਦਾ। ਅੱਲਾ ਪਾਕ ਦਿਹਾੜੇ ਦੇ ਹੋਰ 5-7 ਅਤੇ ਕਣਕ ਦਾ ਕੰਮ ਕਲੀਅਰ ਹੋ ਜਾਵੇ। ਅੱਛਾ ਜੀ, ਮਾਸ਼ਾਅੱਲਾ ਜਿਹੜਾ ਨਾ ਰਾਤੀ ਕਣਕ ਉਤਰੀ ਨੇ, ਦੇਖ ਸਕਦੇ ਚੰਗੀ ਵੱਡੀ ਧੜ ਲੱਗੀ ਅਤੇ ਰਾਤੀ ਨੇਰੇ ਵਿੱਚ ਤੁਹਾਨੂੰ ਪਤਾ ਜਿਹੜਾ ਨਾ ਨਹੀਂ ਪਤਾ ਲੱਗਦਾ ਇਹ ਦਾਤਰੀ ਜਿਹੜੀ ਨਾ ਕਿਤੇ ਪਤਾ ਨਹੀਂ ਲੱਭੀ ਨਹੀਂ ਜਾਂ ਯਾਦ ਨਹੀਂ ਨੇਰੀ। ਇੱਥੇ ਮੈਂ ਆਇਆ ਅਤੇ ਇੱਥੇ ਪਈ ਟੁੰਗੀ, ਇਹਨੂੰ ਧਰਨੇ ਆ ਇੱਥੇ, ਹੁਣੇ ਆਉਂਦੇ ਨੇ ਅਤੇ ਫਿਰ ਜਿਹੜਾ ਦੱਸ ਰਹੇ ਨੇ ਇੱਥੇ ਦੱਸ। ਅੱਛਾ ਜੀ, ਜੈਸਾ ਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਲਾਸਟ ਬਾਰਿਸ਼ ਹੋਈ ਨਾ ਬਹੁਤ ਵੱਡੀ, ਜ਼ਿਆਦਾ ਬਾਰਿਸ਼ ਹੋਈ ਐਨਵੀ ਵਿੱਚ ਆਈ ਅਤੇ ਇਸ ਵਜ੍ਹਾ ਤੋਂ ਕਣਕਾਂ ਜਿਹੜੀਆਂ ਨੇ ਉਹ ਵਾਲੀ ਗਿੱਲੀਆਂ ਸੀਗੀਆਂ, ਮੁੰਡਾਂ ਨੂੰ ਜਿਹੜਾ ਨਾ ਪਟੀਂਦੀਆਂ ਸੀਗੀਆਂ ਅਤੇ ਇਹ ਮਿੱਟੀ ਵੀ ਬਹੁਤ ਜ਼ਿਆਦਾ ਧੜ ਉੱਤੇ, ਦੇਖ ਸਕਦੇ ਹੋ ਸਾਰੀ ਜਿਹੜਾ ਨਾ ਵਿੱਚ ਮਿੱਟੀ ਵੀ ਹੈ ਅਤੇ ਉਹ ਦਾਣਾ ਜਿਹੜਾ ਨਾ ਬਹੁਤ ਜ਼ਿਆਦਾ ਮਸ਼ੀਨ ਨੇ ਕੱਢੇ, ਇਹ ਦੇਖ ਸਕਦੇ ਹੋ ਨਿਰੇ ਦਾਣੇ ਜਿਹੜੇ ਨਾ ਉੱਤੇ ਇਹ ਧੜ ਦੇ ਉੱਤੇ ਪਏ ਨੇ ਅਤੇ ਮਿੱਟੀ ਵੀ ਸਾਰੀ ਜਿਹੜੀ ਹੈ ਇਹ ਸਾਰੀ ਮਿੱਟੀ, ਇਹ ਮਿੱਟੀ ਹੀ ਸਾਰੀ ਧੜ ਨੇ, ਧੜ ਮਾਸ਼ਾਅੱਲਾ ਚੰਗੀ ਵੱਡੀ ਜੀ, ਦੇਖ ਸਕਦੇ ਹੋ ਧੜ ਚੰਗੀ ਵੱਡੀ ਹੈ। ਬਰਾੜਾ ਕਣਕ ਗਿੱਲੀ ਹੋਣ ਦੀ ਵਜ੍ਹਾ ਨੂੰ ਵੱਢਦਿਆਂ, ਕਿਉਂਕਿ ਲਾਵਿਆਂ ਹੀ ਹੈ ਵੱਢੀ ਅਤੇ ਉਹ ਮੁੰਡੂ ਗਿੱਲੀ ਆਈ ਜ਼ਮੀ ਵਾਲੀ, ਦਾਣਾ ਵੀ ਜਿਹੜਾ ਰਾਜ ਆਏ ਆ ਵਿੱਚ, ਇਹ ਦੇਖਿਆ ਨੇਰੇ ਦਾਣੇ ਧੜ ਉੱਤੇ ਪਏ। ਅੱਛਾ ਜੀ, ਰਾਤੀ ਜਿਹੜਾ ਕਾਫੀ ਕਣਕ ਉਤਰਨ ਹੋਈ, ਇੱਕ ਇਹ ਧੜ ਹੈ, ਇੱਕ ਉਹ ਪਰਾਂ ਲੈਂਦੇ, ਇੱਕ ਉਹ ਦੋ ਇਹ ਨੇ, ਇੱਕ ਹੈ ਇੱਕ ਉਹ, ਹੁਣ ਮਸ਼ੀਨ ਵੀ ਉਹ ਉੱਥੇ ਟੁਰ ਗਈ ਫਿਰ ਲੱਗਣ ਲੱਗੀ ਅਤੇ ਰਾਤੀ ਜਿਹੜਾ ਕਾਫੀ ਨਿਬੇੜਾ ਹੋਇਆ, ਕਿਉਂਕਿ ਮੌਸਮ ਵੀ ਖਰਾਬ ਤਾਂ ਹੁੰਦਾ
ਦੋ ਤਿੰਨ ਦਿਨ ਮੌਸਮ ਖਰਾਬ ਹੀ ਦੱਸਦੇ ਨੇ, ਅੱਲਾ ਪਾਕ ਦਏ ਹੋਰ ਦਿਹਾੜੇ ਪੰਜ ਸੱਤ ਕੰਮ ਕਲੀਅਰ ਹੋ ਜਾਵੇ, ਕਿਉਂਕਿ ਉਹ ਲਹਿੰਦੇ ਵਾਲੀ ਸਾਈਡ 'ਤੇ ਜਿਹੜਾ ਨਾਲੀ ਕਣਕ ਕਾਫੀ ਖਲੋਤੀ। ਅੱਛਾ ਜੀ, ਇਹ ਬਿਜਲੀ ਦੀ ਜਿਹੜਾ ਨਾ ਮੇਨ ਲਾਈਨ ਗੁਜ਼ਰ ਰਹੀ 32,000 KV, ਨਵੀਂ ਲਾਈਨ ਪਈ ਹੈ, ਸਾਲ ਡੇਢ ਹੀ ਹੋਇਆ, ਅਤੇ ਇੱਧਰੋਂ ਆਈ ਗੁਜਰਾਤ ਵੱਲ, ਅਤੇ ਇੱਧਰ ਜਿਹੜਾ ਨਵਾਂ ਬਣਿਆ ਬਿਜਲੀ ਘਰ ਉੱਥੇ ਲਿਆ ਕੇ ਕਨੈਕਸ਼ਨ ਦਿੱਤਾ ਨੇ ਦੌਲਤ ਨਗਰ ਬਿਜਲੀ ਘਰ ਨੇ। ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ। ਅਸਲਾਮ ਅਲੈਕੁਮ ਜੀ। ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ ਕੇ ਰੂਲੇ ਨੇ ਠੀਕ ਠਾਕ ਹੋ? ਸਿਹਤਾਂ ਤਾਂ ਬਈ ਤਾਂ ਦੋ ਨੇ, ਕੀ ਮਸਲਾ? ਅੱਛਾ, ਥੱਲੇ ਉਹ ਜਿਹੜਾ ਦਰਦ ਥੱਲੇ ਪੈਰਾਂ ਦੇ, ਅਤੇ ਕੋਈ ਦਵਾਈ ਸ਼ਵਾਈ? ਨਹੀਂ, ਵੱਲ ਗੱਲ ਹੈ, ਬਸ ਉਹ ਗੋਲੀ ਟੀਕਾ ਲੈਂਦੇ ਰਹੋ ਅਤੇ ਚੱਲਦੇ ਰਹੋ, ਹੈ ਬਸ ਅੱਲਾ ਆਰਾਮ ਦੇ। ਤਾਂ ਵਿਹਲੇ ਹੋ ਗਏ ਕਣਕ ਵੱਲੋਂ ਤੁਹਾਡੀ? ਅੱਛਾ ਅੱਛਾ, ਮੈਂ ਕਿਹਾ ਨਾਲ ਵਾਲੀ ਟੱਕਰੀ ਹੈ, ਨਿਬੇੜੇ ਕਰ ਛੱਡਣ ਤੇ ਫਿਰ ਗਏ? ਆਹੋ, ਦੋ ਜਣੇ ਤੁਰੇ ਟਰੈਕਟਰ ਤੇ ਗਲਾਮਰ ਸੂਲ ਦੇ ਨਾ, ਉਹ ਕੁਤਰੀ ਸੁੱਚਾ ਸਾਬਰ ਦੀ ਤੂੰ ਇੱਧਰ ਆਇਆ? ਉਹਨੇ ਨਿਬੇੜਾ ਕਰ ਲੈਂਦੇ ਨੇ ਕਣਕ, ਮਾਸ਼ਾਅੱਲਾ ਚੰਗੀ ਹੈ। ਦੇਖੋ ਹਾਂਜੀ, ਬਰਾਤ ਵੀ ਜਾਂਦੀ ਹੈ ਇੱਧਰੋਂ ਆਈ ਦੌਲਤ ਨਗਰ ਵੱਲੋਂ, ਅਤੇ ਜਾਂਦੀ ਪਈ ਇੱਧਰ ਸਾਡੇ ਸਰਾਂ ਸ਼ੇਰਗੜ ਮਾਛੀਆਲ, ਹੁਣ ਪਤਾ ਨਹੀਂ ਮਾਛੀਆਲ ਮੈਰਿਜ ਵਾਲੇ ਉੱਥੇ ਜਾਣੀ ਜਾਂ ਅਗਾਂ ਕਰੇ, ਵੈਸੇ ਗੱਡੀਆਂ ਦੀ ਕਾਫੀ ਵੱਡੀ ਲਾਈਨ ਹੈ। ਜ਼ਿਆਦਾ ਜਿਹੜਾ ਨਾ ਵੱਡੀਆਂ ਗੱਡੀਆਂ ਨੇ, ਇਹ ਸਰਕਾਰਾਂ ਜਿਹੜੀਆਂ ਨੇ ਥੋੜ੍ਹੀਆਂ ਨੇ। ਕੋਇਲ ਬੋਲਦੀ ਪਈ, ਖੂਬਸੂਰਤ ਵੋਇਸ ਆਫ ਕੋਇਲ ਜੀ, ਅਲੀ ਲੱਗੀ ਹੀ ਬੋਲ। ਪੀੜਾ ਪੀੜਾ